ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜ ਹੈ ਇਹਾ ਢੋਰ ਮਾਤਰਾ ਸੀ ਗੁਰੂ ਸਾਹਿਬਾਨ ਨੇ ਬਚਨ ਕੀਤਾ ਸੀ ਕਿ ਇਹ ਸਾਡੀ ਕਾਸ਼ੀ ਹੈ ਗੁਰੂ ਕੀ ਕਾਸ਼ੀ ਵਿਖੇ ਅਸੀਂ ਖੜੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਉਸ ਤੋਂ ਬਾਅਦ ਜਿਹੜੀ ਦੂਜੀ ਵਿਸਾਖੀ ਕਿਹਾ ਜਾਂਦਾ ਇਤਿਹਾਸ ਮੁਤਾਬਕ ਇਸ ਧਰਤੀ ਤੇ ਮਨਾਈ ਸੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜਦੋਂ ਮੁਕਤਸਰ ਦੀ ਜੰਗ ਤੋਂ ਆਉਂਦੇ ਨੇ ਤਾਂ ਇੱਥੇ ਆ ਕੇ ਕਮਰ ਕਸਾ ਖੋਲਦੇ ਨੇ ਜਿਸ ਤੋਂ ਬਾਅਦ ਦਮਦਮਾ ਸਾਹਿਬ ਇਸ ਦਾ ਨਾਮ ਪੈ ਜਾਂਦਾ ਤਾਂ ਉਸ ਦੇ ਨਾਲ ਤਖਤ ਵੀ ਹੈ ਨੌਵੇਂ ਪਾਤਸ਼ਾਹ ਵੀ ਇਸ ਧਰਤੀ ਤੇ ਆਉਂਦੇ ਨੇ 60 ਤੋਂ 70 ਫੁੱਟ ਉੱਚਾ ਬੁਰਜ ਆ ਜਿਹੜਾ ਬਣਿਆ ਹੋਇਆ ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਵੀ ਆ ਜਿੱਥੇ ਬੈਠ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਸੀਗੇ ਜਿਹੜੇ ਉਹ ਲਿਖੇ ਸੀ ਚਾਰੋਂ ਤਖਤਾਂ ਤੇ ਭੇਜੇ ਸੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਬਾਬਾ ਦੀਪ ਸਿੰਘ ਜੀ ਇੱਥੋਂ ਹੀ ਹਰਿਮੰਦਰ ਸਾਹਿਬ ਜਾਂਦੇ ਨੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਸੀਸ ਆ ਉਹ ਭੇਟ ਕਰਦੇ ਨੇ ਇਹ ਹੈ ਪ੍ਰਗਟ ਹਮਾਰੀ ਕਾਸ਼ੀ ਪੜ ਹੈ ਇਹਾ ਢੋਰ ਮਾਤਰਾ ਸੀ ਗੁਰੂ ਸਾਹਿਬਾਨ ਨੇ ਬਚਨ ਕੀਤਾ ਸੀ ਕਿ ਇਹ ਸਾਡੀ ਕਾਸ਼ੀ ਹੈ ਗੁਰੂ ਕੀ ਕਾਸ਼ੀ ਵਿਖੇ ਅਸੀਂ ਖੜੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਸਾਖੀ ਦਾ ਜਿਹੜਾ ਤਿਉਹਾਰ ਆ ਇੱਥੇ ਵਿਸਾਖੀ ਹੈ ਜਿਹੜੀ ਉਹ ਮਨਾਈ ਜਾ ਰਹੀ ਆ ਬੜੀ ਧੂਮਧਾਮ ਦੇ ਨਾਲ ਕਿਉਂਕਿ ਖਾਲਸਾ ਸਾਜਨਾ ਦਿਵਸ ਹੁੰਦਾ ਅਸੀਂ ਖੰਡਾ ਚੌਂਕ 'ਤੇ ਖੜੇ ਹਾਂ ਤਾਂ ਇਹ ਖੰਡਾ ਤੁਸੀਂ ਦੇਖ ਸਕਦੇ ਹੋ ਪੂਰੇ ਤਰੀਕੇ ਦੇ ਨਾਲ ਜਿਹੜੀ ਸਜਾਵਟ ਹੈ ਇੱਥੇ ਕੀਤੀ ਜਾ ਚੁੱਕੀ ਹੈ ਇੱਥੋਂ ਸ਼ੁਰੂ ਹੋ ਜਾਂਦਾ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਰਸਤਾ ਤਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਤਸਵੀਰਾਂ ਲਗਾਤਾਰ ਤਾਂ ਆਲੇ ਦੁਆਲੇ ਬਾਜ਼ਾਰ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਲੱਗ ਚੁੱਕੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਹੈ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਉਹ ਨਿਭਾ ਰਿਹਾ ਡਿਊਟੀ ਦੇ ਉੱਪਰ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਲਾਈਆਂ ਹੋਈਆਂ ਨੇ ਸਜਾਵਟ ਹੈ ਜਿਹੜੀ ਉਹ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਬੜੇ ਹੀ ਬਾਕਮਾਲ ਤਰੀਕੇ ਦੇ ਨਾਲ ਤਾਂ ਲੋਕ ਨੇ ਜਿਹੜੇ ਦੂਰੋਂ ਨੇੜਿਓਂ ਆ ਕੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਗੁਰੂ ਕੀ ਕਾਸ਼ੀ ਤੋਂ ਤਾਂ ਇਹ ਉਹ ਰਸਤਾ ਜਿਹੜਾ ਰਸਤਾ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾ ਰਿਹਾ ਤਾਂ ਸਜਾਵਟ ਹੈ ਜਿਹੜੀ ਉਹ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਹੈ ਜਿਹੜੀ ਕੀਤੀ ਹੋਈ ਆ ਹਰੇਕ ਵਿਅਕਤੀ ਪੂਰੇ ਪੰਜਾਬ ਦੇ ਵਿੱਚੋਂ ਲਾ ਲਈਏ ਪੂਰੇ ਦੇਸ਼ ਦੇ ਵਿੱਚੋਂ ਲਾ ਲਈਏ ਪੂਰੀ ਦੁਨੀਆ ਦੇ ਵਿੱਚੋਂ ਲਾ ਲਈਏ ਸਾਰੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਖਾਲਸਾ ਸਾਜਨਾ ਦਿਵਸ 'ਤੇ ਇਸ ਅਸਥਾਨ 'ਤੇ ਪਹੁੰਚਦੀਆਂ ਨੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦੁਕਾਨਦਾਰਾਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਨੇ ਖਰੀਦਦਾਰੀ ਵੀ ਕਰਦੇ ਨੇ ਕਿਉਂਕਿ ਵਿਸਾਖੀ ਦਾ ਮੇਲਾ ਜੇਕਰ ਕਰੀਏ ਤਾਂ ਜਿਹੜੀ ਕਣਕ ਆਉਂਦੀ ਆ ਸਾਡੀ ਉਸ ਦੇ ਸੰਦਰਭ ਦੇ ਵਿੱਚ ਇਹ ਮੇਲਾ ਹੁੰਦਾ ਸੀਗਾ ਤਾਂ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤਾਂ ਉਸ ਤੋਂ ਬਾਅਦ ਜਿਹੜੀ ਦੂਜੀ ਵਿਸਾਖੀ ਕਿਹਾ ਜਾਂਦਾ ਇਤਿਹਾਸ ਮੁਤਾਬਕ ਗੁਰੂ ਸਾਹਿਬਾਨ ਨੇ ਮੁਕਤਸਰ ਦੀ ਜੰਗ ਤੋਂ ਜਦੋਂ ਗੁਰੂ ਸਾਹਿਬ ਆਏ ਸੀ ਤਾਂ ਇਸ ਧਰਤੀ 'ਤੇ ਆ ਕੇ ਕਮਰ ਕਸਾ ਖੋਲ੍ਹਿਆ ਸੀ ਜਿਸ ਤੋਂ ਬਾਅਦ ਇਸ ਦਾ ਨਾਮ ਸ਼੍ਰੀ ਦਮਦਮਾ ਸਾਹਿਬ ਪੈ ਗਿਆ ਤਾਂ ਦੂਜੀ ਵਿਸਾਖੀ ਆ ਜਿਹੜੀ ਗੁਰੂ ਸਾਹਿਬ ਨੇ ਇਸ ਧਰਤੀ 'ਤੇ ਮਨਾਈ ਸੀ ਤਾਂ ਉਸੇ ਪਿਰਤ ਦੇ ਚੱਲਦੇ ਇਹ ਜਿਹੜਾ ਖਾਲਸਾ ਪੰਥ ਆ ਉਸ ਵੱਲੋਂ ਵਿਸਾਖੀ ਇੱਥੇ ਮਨਾਉਣੀ ਸ਼ੁਰੂ ਕੀਤੀ ਗਈ ਆ ਹਾਲਾਂਕਿ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵੀ ਮਨਾਈ ਜਾਂਦੀ ਰਹੀ ਆ ਤਾਂ ਹੋਲਾ ਮਹੱਲਾ ਥੋੜ੍ਹੇ ਦਿਨ ਲੰਘੇ ਨੇ ਉੱਥੇ ਮਨਾਇਆ ਗਿਆ ਤਾਂ ਉਸ ਤੋਂ ਬਾਅਦ ਇੱਥੇ ਗੁਰਮਤਾ ਕਰਕੇ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਤਖਤ ਸ੍ਰੀ ਦਮਦਮਾ ਸਾਹਿਬ ਤਾਂ ਟਰਾਲੀਆਂ ਟਰੈਕਟਰਾਂ 'ਤੇ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋਣ ਆ ਰਹੀਆਂ ਨੇ ਸੰਗਤ ਇੱਥੇ ਆਉਣੀ ਸ਼ੁਰੂ ਹੋ ਗਈ ਹੈ ਤਾਂ ਇਹ ਰਸਤਾ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦਾ ਤਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਹੈ ਜਿਹੜਾ ਉਹ ਆਪਣੀ ਡਿਊਟੀ 'ਤੇ ਹੈ ਤਾਂ ਇਹ ਗੇਟ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਅਗਲੇ ਪਾਸੇ ਬਣਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਇਤਿਹਾਸ ਦੀ ਗੱਲ ਕਰ ਲਈਏ ਤਾਂ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਜਦੋਂ ਮੁਕਤਸਰ ਦੀ ਜੰਗ ਤੋਂ ਆਉਂਦੇ ਨੇ ਤਾਂ ਇੱਥੇ ਆ ਕੇ ਕਮਰ ਕਸਾ ਖੋਲ੍ਹਦੇ ਨੇ ਜਿਸ ਤੋਂ ਬਾਅਦ ਦਮਦਮਾ ਸਾਹਿਬ ਇਸ ਦਾ ਨਾਮ ਪੈ ਜਾਂਦਾ ਤਾਂ ਉਸ ਦੇ ਨਾਲ ਤਖਤ ਵੀ ਹੈ ਨੌਵੇਂ ਪਾਤਸ਼ਾਹ ਵੀ ਇਸ ਧਰਤੀ 'ਤੇ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਦਾ ਬੁਰਜ ਹੈ ਜਿਹੜਾ ਇੱਥੇ ਬਣਿਆ ਹੋਇਆ
60 तो 70 फुट उच्चा बुरज है जिहड़ा बनिया होया बाबा दीप सिंह जी का भोरा साहब भी है जिथे बैठ के बाबा जी ने श्री गुरु ग्रंथ साहिब जी के चार सरूप सीगे जिहड़े उह लिखे सी चारों तख्तां ते भेजे सी। भाई मनी सिंह जी ने इस धरती के उपर ही जिहड़ा उतारा सीगा गुरु ग्रंथ साहिब जी का एक ओंकार तो लैके 18-10-20 तक दसम पातशाह ने इस धरती से उतारा करवाया सी, नौवें पातशाह की बाणी दर्ज करवाई सी भाई मनी सिंह जी तो। इस धरती के उपर ही जिहड़ा ये सारा होया श्री गुरु ग्रंथ साहिब जी दे उतारे हुए ने। तो उस तो बाद बाबा दीप सिंह जी चार सरूप महाराज के हथीं लिखते ने जिहड़े चारों तख्तों ते विराजमान होंदे ने। तो उस तो बाद जदों श्री दरबार साहिब ते हमला हुंदा है तां बाबा दीप सिंह जी इत्थों ही हरिमंदर साहब जाते हैं तो गुरु के चरणों के अपना जो शीस है वह भेट करते हैं। इस धरती ये माण प्राप्त होया बाबा दीप सिंह जी इत्थे रहे ने, इत्थे भोरा साहब के बाबा जी नितनेम करते रहे ने, गुरबाणी का जाप करते रहे ने, सरूपां का उतारा किया बाबा जी ने, बाबा दीप सिंह जी ने, भाई मनी सिंह जी ने इत्थे बाणी लिखी। तो गुरद्वारा लिखणसर साहब भी है इत्थे जिहड़ा स्याही बच जाती हुंदी सी तां उह स्याही लिखणसर साहब के सरोवर के पा दित्ती जाती सी। तां गुरु साहब ने वर दित्ता सीगा कि जो भी इत्थे आके 35 अखरी शरदा भावना दे नाल लिखेगा उहदी बौद्धिक समर्थ है जिहड़ी उह उच्ची होवेगी, तीखण बुद्धि होवेगी, विद्या का दान मिलेगा। तो ये तख्त श्री दमदमा साहिब के बिल्कुल सामने असीं पहुँच चुके हैं। ये ड्यूड़ी है, दर्शनी ड्यूड़ी है जिहड़ी नवी बन रही है, बहुत उच्ची बन रही है, नवे तरीके दे नाल बन रही है। तो बिल्कुल तख्त साहब के सामने तुम देख सकते हो संगतां ने जिहड़ियां वड्डी गिणती दे विच नतमस्तक होनियां शुरू हो गई ने, आनियां शुरू हो गई ने। तो तस्वीर ने जिहड़ियां ये तख्त श्री दमदमा साहब तो, इस दे नाल गुरद्वारा श्री जंडसर साहब है जिहड़ा जिथे गुरु साहब ने गुप्त खजाने कढ के तनखावां दित्तियां सी, तां उह भी इत्थे नाल ही है। गुरद्वारा भाई डल्ला जी का गुरद्वारा भाई वीर सिंह भाई धीर सिंह जी का गुरद्वारा साहब है जिहड़ा इसे धरती के उपर जदों गुरु साहिब ने बंदूक की परख की सी, भाई डल्ले नूं कहा सी कि भेज अपना कोई सिपाही असीं बंदूक की परख करनी है, तां कोई सिपाही नहीं सी आया। तो बाबा वीर सिंह ते बाबा धीर सिंह दोवें एक दूजे तो मूहरे होकर भज्जे सी, तां उन्होंने कहा सी गुरु साहब सादे ते जिहड़ा निशाना है वह परखो। तो यह महान धरती आ जिथे गुरु साहिब ने तकरीबन 9 महीने तो उपर का समा है जिहड़ा इत्थे कढ़िया जिंदगी बतीत की है। तो एक ओंकार तो लैके 18-10-20 तक गुरबाणी जिहड़ी है वह उतारा करवाया भाई मनी सिंह जी तो। इस धरती के उपर गुरु साहिब ने पूरी गुरबाणी की जिहड़ी कथा सीगी वह भी सारे सिंघां नूं करके दिखाई सी। भाई वीर सिंह भाई धीर सिंह सी जिहड़े वह कथा सरवण की सी उन्होंने भी। तो लगातार जिहड़ियां तस्वीरां तुहानूं उह तख्त श्री दमदमा साहब तो असीं दिखा रहे हैं।